ਸਰਪੰਚ ਸਾਰੇ ਆਏ, ਉਹ ਕਹਿੰਦੇ ਵੀ ਇਹਦੇ ਪੇਕਿਆਂ ਨੂੰ ਫੋਨ ਕਰੋ, ਉਹ ਆਏ ਉਹਨਾਂ ਤੋਂ ਫਿਰ ਵੀ ਆਇਆ ਤੋਂ ਉਦੋਂ ਪੁਲਿਸ ਮੁਲਾਜ਼ਮ ਆ ਗਏ, ਉਦੋਂ ਗੇ ਕੁੰਡੀਆਂ ਖੋਲੀਆਂ ਉਹਨਾਂ ਨੇ। ਕੱਲ ਸ਼ਾਮ ਨੂੰ ਉਦੋਂ ਪਤਾ ਲੱਗਿਆ ਜਦੋਂ ਅੰਦਰੋਂ ਹਵਾੜ ਆਉਣ ਲੱਗ ਗਈ ਹੈ, ਫਿਰ ਉਹ ਵੇਖਿਆ ਇਹ ਬਾਰੀ ਵੱਜਦੀ ਬਈ ਮੌਤ ਹੋਈ ਪਈ ਹੈ। ਲੱਗਦਾ ਵੀ ਕੋਈ ਤੁਹਾਨੂੰ ਸ਼ੱਕ ਹੋ ਸਕਦਾ ਆਲੇ ਦੁਆਲੇ ਕੋਈ ਹੈ? ਕੋਈ ਇਹੋ ਜਿਹਾ ਲੱਗਦਾ ਨਹੀਂ ਬੰਦਾ ਵੀ ਇਹੋ ਜਿਹੇ ਕਾਰਨ ਵੀ ਉਹਨੂੰ ਮਾਰਨ ਵਾਲਾ ਹੋਵੇ ਵਿਚਾਰਾ। ਉਹ ਤਾਂ ਕਿਤੇ ਗੁਰਦੁਆਰੇ ਰੋਟੀ ਖਾਂਦਾ ਸੀ, ਕਿਤੇ ਕਿਤੇ ਖਾਂਦਾ ਸੀ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਡੇਲੀ ਡੈਸਕ ਟੀਵੀ ਦੇ ਨਾਲ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮੱਤਾ ਦੇ ਵਿੱਚ ਖੜ੍ਹੇ ਹਾਂ। ਇੱਥੇ ਇੱਕ ਬਹੁਤ ਹੀ ਦਿਲ ਦਹਿਲਾਉਣ ਵਾਲੀ ਘਟਨਾ ਹੋ ਜਾਂਦੀ ਹੈ। ਇੱਕ ਔਰਤ ਜੋ ਦਿਮਾਗੀ ਤੌਰ 'ਤੇ ਪਰੇਸ਼ਾਨ ਦੱਸੀ ਜਾ ਰਹੀ ਹੈ, ਉਸ ਦੀ ਲਾਸ਼ ਮਿਲਦੀ ਹੈ। ਲਾਸ਼ ਵੀ ਇਸ ਹਾਲਾਤਾਂ ਵਿੱਚ ਮਿਲਦੀ ਹੈ ਕਿ ਉਹ ਲੋਕ ਵੀ ਉਸ ਨੂੰ ਵੇਖ ਕੇ ਹੈਰਾਨ ਹੋ ਜਾਂਦੇ ਆ। ਸਾਰੀ ਘਟਨਾਕ੍ਰਮ ਲੋਕਾਂ ਤੋਂ ਜਾਣਦੇ ਹਾਂ ਕਿ ਉਹਨਾਂ ਦੇ ਵਿਚਾਰ ਹੈ, ਉਹਨਾਂ ਦੇ ਨਾਲ ਦੇ ਪਰਿਵਾਰ ਦੇ ਮੈਂਬਰ ਹੈ, ਉਹ ਆਪਾਂ ਉਹਨਾਂ ਤੋਂ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਘਟਨਾ ਹੋਈ ਹੈ ਇਹ? ਇਹ ਜੀ ਕੋਈ ਪਤਾ ਨਹੀਂ ਕੀ ਹੋਈ। ਜਿੱਦਾਂ ਕੱਲ੍ਹ ਸ਼ਾਮ ਨੂੰ ਉਦੋਂ ਪਤਾ ਲੱਗਿਆ ਜਦੋਂ ਅੰਦਰੋਂ ਹਵਾੜ ਆਉਣ ਲੱਗ ਗਈ ਹੈ, ਫਿਰ ਉਹ ਵੇਖਿਆ ਇਹ ਬਾਰੀ ਵੱਜਦੀ ਬਈ ਮੌਤ ਹੋਈ ਪਈ ਹੈ, ਫਿਰ ਜਾਣੀ ਪੁਲਿਸ ਨੂੰ ਤਲਾਹ ਦੇਤੀ ਹੈ, ਉਹ ਆ ਗਏ ਹੈ, ਉਸ ਤੋਂ ਬਾਅਦ ਉਹਨਾਂ ਨੇ ਬਾਹਰ ਖੜਾ। ਅੱਛਾ, ਤੁਸੀਂ ਬਸ ਜਦੋਂ ਸਮੈਲ ਆਉਂਦੀ ਹੈ ਤੁਸੀਂ ਫਿਰ ਉਦੋਂ ਇਕੱਠੇ ਹੁੰਦੇ ਹੋ ਸਾਰੇ? ਹਾਂਜੀ, ਉਦੋਂ ਫਿਰ ਹੀ ਜਿਵੇਂ ਜਿਵੇਂ ਹੌਲੀ ਹੌਲੀ ਫੋਨ ਗਏ ਆ ਪਿੰਡ 'ਚ, ਉਵੇਂ ਹੌਲੀ ਹੌਲੀ ਇੱਥੇ ਸਾਰੇ ਆਏ। ਇਸ ਇਹ ਘਰ ਕਿੰਨਾ ਦਾ ਘਰ ਹੈ ਇਹ? ਇਹ ਬਲਵੰਤ ਸਿੰਘ ਹੈ ਜੀ। ਅੱਛਾ ਜੀ, ਰਹਿੰਦੇ ਸੀ ਇਹ? ਅੱਛਾ, ਦੋਨੇ ਜੀ ਰਹਿੰਦੇ ਸੀ? ਬੱਚਾ ਕੋਈ ਹੈ ਨਹੀਂ ਇਹਨਾਂ ਦੇ। ਉਮਰ ਕਿੰਨੀ ਕੁ ਸੀਗੀ ਔਰਤ ਦੀ? ਉਮਰ ਹੋਊਗੀ 50-55 ਸਾਲ ਹੀ ਹੈ ਜੀ। ਅੱਛਾ, ਮਤਲਬ ਬੱਚਾ ਕੋਈ ਨਹੀਂ ਸੀ। ਇਹ ਦਿਮਾਗੀ ਤੌਰ 'ਤੇ ਪਰੇਸ਼ਾਨ ਦੱਸੀ ਜਾਂਦੀ? ਦਿਮਾਗੀ ਪਰੇਸ਼ਾਨ ਸੀ, ਦਵਾਈ ਵੀ ਚੱਲਦੀ ਸੀ ਇਹਨਾਂ ਦੀ, ਅਤੇ ਅੰਦਰ ਜਾਣੀ ਬਾਹਰ ਡਾਲ ਰਹਿੰਦੇ ਸੀਗੇ, ਅੰਦਰ ਰਹਿੰਦੇ ਸੀ ਜ਼ਿਆਦਾ। ਅੱਛਾ, ਹਾਂ, ਮਤਲਬ ਉਹਨਾਂ ਦੇ ਹਸਬੈਂਡ ਨੂੰ ਵੀ ਉਹਨਾਂ ਦੇ ਕੋਲ ਜਾਣਾ ਜਾ ਨਹੀਂ ਸਕਦੇ ਸੀ? ਹਾਂਜੀ, ਬਹੁਤ ਘੱਟ ਸੀਗਾ, ਐਂ ਨਹੀਂ ਕਿਤੇ ਜਾਂਦੇ ਸੀ, ਨਹੀਂ ਐਂ ਨਹੀਂ ਸੀ, ਰੋਟੀ ਨਹੀਂ ਦਿੰਦੇ ਸੀ, ਆਪਦੀ ਰੋਟੀ ਆਪ ਬਣਾ ਕੇ ਉਹ ਖਾਂਦੀ ਸੀ, ਇਹਨਾਂ ਨੂੰ ਰੋਟੀ ਨਹੀਂ ਦਿੰਦੇ ਸੀ। ਇਹ ਫਿਰ ਦੋਵੇਂ ਮੀਆਂ ਬੀਵੀ ਅਲੱਗ ਅਲੱਗ ਰਹਿੰਦੇ ਸੀ? ਅਲੱਗ ਹੀ ਸੀਗੇ ਜੀ, ਮੁਸੀ ਤਾਂ ਇਸੇ ਥਾਂ ਹੀ ਰਹਿੰਦੇ, ਉਹ ਜਾਣੀ ਇੱਥੇ ਆ ਕਮਰੇ 'ਚ ਸੁਣਦਾ ਸੀਗਾ, ਉਹ ਅੰਦਰ ਆਇਆ ਕੋਠੀ 'ਚ। ਕਦੋਂ ਕਦੀ ਪਰੇਸ਼ਾਨ ਸੀ ਇਹ? ਤਾਂ ਜੀ ਵਿਆਹ ਤੋਂ ਉਦੋਂ ਬਾਅਦ ਥੋੜ੍ਹਾ ਚਿਰ ਹੀ ਬਾਅਦ ਸੀ ਵੇਚਦੀ, ਠੀਕ ਵੀ ਹੋ ਜਾਂਦੀ ਸੀ, ਗੁਰਦੁਆਰਾ ਸਾਹਿਬ ਵੀ ਜਾਂਦੀ ਸੀਗੀ, ਊਂ ਵੀ ਗੱਲਾਂ ਵੀ ਸਹੀ ਕਰਦੀ ਸੀ, ਜਦੋਂ ਕਈ ਦਿਮਾਗੀ ਜ਼ਿਆਦਾ ਹੋ ਜਾਂਦਾ ਸੀ, ਦਵਾਈ ਦਵੂਈ ਨਾ ਮਿਲਣੀ ਜਾਂ ਬੰਦ ਕਰ ਦੇਣੀ ਵਿੱਚ ਵੀ ਨਾ ਖਾਣੀ, ਉਦੋਂ ਜਾਣੀ ਵੱਧ ਜਾਂਦੀ ਸੀ। ਇਹ ਤੁਸੀਂ ਕਿੰਨੇ ਕੁ ਦਿਨਾਂ ਤੋਂ ਦੇਖੀ ਨਹੀਂ ਸੀ ਉਸ ਔਰਤ ਨੂੰ? ਇਹ ਜੀ ਹੁਣ ਦੱਸਦੇ ਆ ਵੀ 5-4 ਦਿਨ ਹੋ ਗਏ ਵੀ ਉਹਦੇ ਦੀ ਦੇਖੀ ਨਹੀਂ ਸੀਗੀ। ਹਾਂ, ਜਾਣੀ ਆਪਣਾ ਤਾਂ ਘਰ ਦੂਰ ਹੈ ਤਾਂ ਨਹੀਂ ਆਉਣਾ ਜਾਣਾ ਸੀਗਾ, ਉਹ ਜਾਣੀ ਹੁਣ ਦੱਸਦੇ ਆ ਵੀ 5-4 ਦਿਨ ਹੋ ਗਏ ਵੀ ਨਹੀਂ ਕਿਸੇ ਨੇ ਵੇਖੀ ਸੀ ਬਾਹਰ ਨਿਕਲੀ ਉਹ, ਨਹੀਂ ਅੱਗੇ ਬਾਹਰ ਨਿਕਲਦੀ ਵੀ ਸੀ, ਸਭ ਸੂਜੀ ਲੈਂਦੀ ਸੀ, ਦੁੱਧ ਵੀ ਲੈਂਦੇ ਸੀ। ਮਤਲਬ ਇੰਨੇ ਦਿਨਾਂ ਤੋਂ ਦੇਖੀ ਨਹੀਂ ਸੀ? ਹਾਂਜੀ। ਤੇ ਸਮੈਲ ਕਦੋਂ ਆਉਣੀ ਸ਼ੁਰੂ ਹੋ ਗਈ ਉਹਦੀ? ਸਮੈਲ ਤਾਂ ਜੀ ਕੱਲ੍ਹ ਹੀ ਉਹੀ ਗੱਲ, ਕੱਲ੍ਹ ਸ਼ਾਮ ਨੂੰ ਪਤਾ ਲੱਗਿਆ ਤਾਂ ਜੀ, ਉਦੋਂ ਪਹਿਲਾਂ ਕਹਿ ਨਹੀਂ ਸਕਦੇ। ਠੀਕ ਹੈ, ਇੱਧਰ ਔਰਤਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭੈਣ ਜੀ। ਭੈਣ ਜੀ, ਤੁਸੀਂ ਤੁਹਾਨੂੰ ਕਦੋਂ ਕੁ ਪਤਾ ਲੱਗਿਆ? ਸਾਨੂੰ ਤਾਂ ਜੀ ਕੱਲ੍ਹ ਸ਼ਾਮੀ 7:30 ਵਜੇ ਪਤਾ ਲੱਗਿਆ, ਜਦੋਂ ਇੱਧਰ ਵੀ ਸਾਰੇ ਕਹਿਣ ਲੱਗ ਗਏ ਵੀ ਉਹਨਾਂ ਦੀ ਡੈਥ ਹੋ ਗਈ। ਅਸੀਂ ਤਾਂ ਇਹ ਸਮਝੇ ਸੀ ਵੀ ਉਹਨੂੰ ਅਟੈਕ ਹੋ ਗਿਆ, ਵੀ ਇਸ ਤਰ੍ਹਾਂ ਦਵਾਈ ਚੱਲਦੀ ਹੈ, ਪਰ ਬਾਅਦ 'ਚ ਪਤਾ ਲੱਗਿਆ ਉਹਨੇ ਕੁੰਡੀਆਂ ਲਾਈਆਂ ਵੀ ਅੰਦਰ ਪਏ ਹੈ। ਅੱਛਾ, ਬਾਹਰੋਂ ਕੁਛ ਵੀ ਖੁੱਲ੍ਹਾ ਨਹੀਂ ਸੀ? ਨਾ ਜੀ, ਕੋਈ ਕੁਸ਼ਚਨ ਖੁੱਲ੍ਹਾ ਸੀ। ਉਹ ਤਾਂ ਜਦੋਂ ਉਹਦੇ ਪਹਿਲਾਂ ਉਹਦੇ ਪੇਕਿਆਂ ਨੂੰ ਫੋਨ ਕੀਤਾ ਗਿਆ, ਪਹਿਲਾਂ ਸਾਡੇ ਮੈਂਬਰ ਸਰਪੰਚ ਸਾਰੇ ਆਏ, ਉਹ ਕਹਿੰਦੇ ਵੀ ਇਹਦੇ ਪੇਕਿਆਂ ਨੂੰ ਫੋਨ ਕਰੋ, ਉਹ ਆਏ ਉਹਨਾਂ ਤੋਂ ਫਿਰ ਵੀ ਆਇਆ ਤੋਂ ਉਹਦੇ ਪੁਲਿਸ ਮੁਲਾਜ਼ਮ ਆ ਗਏ, ਉਦੋਂ ਗੇ ਕੁੰਡੀਆਂ ਖੁੱਲ੍ਹੀਆਂ ਉਹਨਾਂ ਨੇ ਫਿਰ ਕੱਢੇ ਬਾਹਰ।
ਜਿਸ ਤਰੀਕੇ ਦੇ ਨਾਲ ਇੱਥੇ ਅੱਜ ਵੀ ਉਹਨਾਂ ਦੀ ਡੈੱਡ ਬੋਡੀ ਹੈ ਨਹੀਂ, ਪਰ ਸਮੈਲ ਅੱਜ ਵੀ ਹੁਣ ਵੀ ਮੌਜੂਦ ਹੈ। ਇਸ ਤਰੀਕੇ ਇਹਦਾ ਲੱਗਦਾ ਕਿ ਉਹ ਕਾਫੀ ਦਿਨ ਹੋ ਗਏ ਹੋਣੇ ਉਹਨਾਂ ਨੂੰ ਡੈੱਥ ਦੇ, ਦੋ ਤਿੰਨ ਦਿਨ ਵੀ ਹੋ ਗਏ ਹੋਣੇ। ਹਾਂਜੀ ਹਾਂਜੀ, ਜਿਸ ਤਰ੍ਹਾਂ ਹਾਲਾਤ ਆ ਉੱਥੇ ਆਪਾਂ ਦੇਖੇ ਅੰਦਰ ਹੁਣ। ਅਤੇ ਇਹ ਇਹ ਔਰਤਾਂ ਨਾਲ ਵੈਸੇ ਊਂ ਤੁਹਾਡੇ ਨਾਲ ਕੋਈ ਮੇਲ ਜੋਲ ਸੀ? ਹਾਂਜੀ, ਗੁਰਦੁਆਰਾ ਸਾਹਿਬ ਮਿਲਦੇ ਸੀ ਸਾਨੂੰ, ਊਂ ਤਾਂ ਵਧੀਆ ਬੁਲਾਉਂਦੇ ਸੀ ਜਦੋਂ ਉਹਨਾਂ ਦਾ ਦਿਮਾਗ ਸੈੱਟ ਹੁੰਦਾ ਸੀ, ਵਧੀਆ ਚਾਚੀ ਜੀ ਕਹਿ ਕੇ ਸਾਨੂੰ ਬੁਲਾਉਂਦੇ ਸੀ, ਪਰ ਜਦੋਂ ਉਹਨਾਂ ਨੂੰ ਡਿਪਰੈਸ਼ਨ ਜ਼ਿਆਦਾ ਹੋ ਜਾਂਦਾ ਸੀ ਉਦੋਂ ਫਿਰ ਉਹ ਨਹੀਂ ਕਿਸੇ ਦਿਨ, ਹਾਂ ਫਿਰ ਨਹੀਂ ਉਹ ਕਿਸੇ ਨਾ ਹੀ ਘਰ ਵੜਨ ਦਿੰਦੇ ਸੀ, ਨਾ ਹੀ ਬਸ ਵੀ ਕਿਸੇ ਨਾਲ ਗੱਲ ਕਰਦੇ ਸੀ, ਫਿਰ ਤੋਂ ਆਪਦੇ ਘਰਾਂ ਵਾਲੇ ਨੂੰ ਵੀ ਨਹੀਂ ਜਾਣੀ ਕੁੰਡੀਆਂ ਲਾ ਲੈਂਦੇ ਸੀ, ਅੰਦਰ ਨਹੀਂ ਵੜਨ ਦਿੰਦੇ ਸੀ। ਹੁਣ ਵੀ ਕੁੰਡੀਆਂ ਅੰਦਰੋਂ ਲੱਗੀਆਂ ਹੋਈਆਂ? ਹਾਂਜੀ, ਹੁਣ ਵੀ ਜਦੋਂ ਉਹਨਾਂ ਦੀ ਮੌਤ ਹੋਈ ਅੰਦਰ ਹੀ ਸੀ। ਕਿਵੇਂ ਕਿਵੇਂ ਦੀਆਂ ਹਰਕਤਾਂ ਸੀ ਜੀ ਉਹਨਾਂ ਦੀਆਂ? ਹਰਕਤਾਂ ਜੀ, ਅਸੀਂ ਤਾਂ ਜਦੋਂ ਵੇਹਦੇ ਹੁੰਦੇ, ਸੁਣਦੇ ਹੁੰਦੇ ਸੀ, ਆਖਦੇ ਸੀ ਵੀ ਬਾਹਰ ਫਿਰਦੀ ਭੱਜ ਜਾਂਦੀ ਸੀਗੀ ਜੀ, ਫਿਰ ਇਹ ਫੜ ਕੇ ਲਿਆਉਂਦੇ ਤੇ ਵੀ ਲੀੜੇ ਕੱਪੜੇ ਕੁੱਪੜੇ ਲਾਹ ਕੇ ਸੁੱਟ ਦਿੰਦੀ ਸੀਗੀ ਜੀ। ਹਾਂਜੀ, ਅਸੀਂ ਸੁਣ ਲੈਂਦੇ ਸੀ, ਉਹ ਸਾਡੇ ਘਰ ਦੂਰ ਰਹਿ ਜਾਂਦੇ ਸੀਗੇ ਜੀ। ਤੁਸੀਂ ਦੂਰ ਰਹਿੰਦੇ? ਹਾਂ ਦੂਰ ਰਹਿੰਦੇ ਹਾਂ ਜੀ। ਹੁਣ ਹੁਣ ਉਹਨਾਂ ਦੇ ਹਸਬੈਂਡ ਨੂੰ ਪੁਲਿਸ ਲੈ ਗਈ? ਹਾਂਜੀ ਲੈ ਗਏ ਰਾਤ ਜੀ। ਉਹ ਲੱਗਦਾ ਵੀ ਕੋਈ ਤੁਹਾਨੂੰ ਸ਼ੱਕ ਹੋ ਸਕਦਾ ਆਲੇ ਦੁਆਲੇ ਕੋਈ? ਹਾਂ, ਕੋਈ ਇਹੋ ਜਿਹਾ ਲੱਗਦਾ ਨਹੀਂ ਬੰਦਾ ਵੀ ਇਹੋ ਜਿਹੇ ਕਾਰਨ ਵੀ ਉਹਨੂੰ ਮਾਰਨ ਵਾਲਾ ਹੋਵੇ ਵਿਚਾਰਾ। ਉਹ ਤਾਂ ਕਿਤੇ ਗੁਰਦੁਆਰੇ ਰੋਟੀ ਖਾਂਦਾ ਸੀ, ਕਿਤੇ ਕਿਤੇ ਖਾਂਦਾ ਸੀ, ਡਰਦਾ। ਉਹ ਫਿਰ ਜੇ ਘਰਾਂ 'ਚ ਵੀ ਨਹੀਂ ਖਾਂਦਾ ਸੀ, ਲੜਦੀ ਸੀ, ਗਾਲਾਂ ਕੱਢਦੀ ਸੀ। ਦਿਮਾਗੀ ਤੌਰ 'ਤੇ ਪਰੇਸ਼ਾਨ ਜੋ ਔਰਤ ਸੀ ਉਸਦੀ ਲਾਸ਼ ਬੜੇ ਭੇਦ ਭਰੇ ਹਾਲਾਤਾਂ ਦੇ ਵਿੱਚ ਮਿਲਦੀ ਹੈ, ਅਤੇ ਆਂਢ ਗੁਆਂਢ ਦਾ ਵੀ ਇਹ ਕਹਿਣਾ ਕਿ ਉਹ ਦਿਮਾਗੀ ਤੌਰ 'ਤੇ ਪਰੇਸ਼ਾਨ ਹੈ। ਉਹ ਉਸਦੇ ਪਤੀ ਨਾਲੋਂ ਵੀ ਵੱਖ ਰਹਿੰਦੀ ਸੀ, ਇਹ ਉਹਦਾ ਘਰ ਹੈ, ਇਸ ਘਰੇ ਉਹ ਇਕੱਲੀ ਰਹਿੰਦੀ ਸੀ, ਅਤੇ ਇਕੱਲੀ ਉਸਦੇ ਦੋ ਚਾਰ ਦਿਨਾਂ ਤੋਂ ਪਿੰਡ ਵਾਲਿਆਂ ਦਾ ਕਹਿਣਾ ਕਿ ਉਹ ਦੇਖੀ ਨਹੀਂ ਸੀ। ਅਤੇ ਇਹ ਵੀ ਕਹਿਣਾ ਕਿ ਉਸਦੀ ਜਿਸ ਤਰ੍ਹਾਂ ਜਿਨ੍ਹਾਂ ਹਾਲਾਤਾਂ ਦੇ ਵਿੱਚ ਲਾਸ਼ ਸੀ ਉਹਨਾਂ ਤੋਂ ਲੱਗਦਾ ਸੀ ਕਿ ਉਹ ਕਾਫੀ ਦਿਨਾਂ ਦੀ ਡੈੱਥ ਉਹਦੀ ਹੋ ਚੁੱਕੀ ਸੀ, ਜਿਸ ਕਰਕੇ ਉਹਨਾਂ ਚਿਰ ਉਹਨਾਂ ਨੂੰ ਪਤਾ ਨਹੀਂ ਲੱਗਿਆ, ਕਿਉਂਕਿ ਉਹ ਪਹਿਲਾਂ ਵੀ ਉਹ ਆਪਣੇ ਘਰ ਦੀਆਂ ਬਾਹਰ ਦੀਆਂ ਕੁੰਡੀਆਂ ਲਾ ਕੇ ਉਹ ਬੈਠੀ ਰਹਿੰਦੀ ਸੀ, ਅੰਦਰ ਆਪਣੇ ਆਪ ਨੂੰ ਕੈਦ ਕਰਕੇ ਰੱਖਦੀ ਸੀ। ਹੁਣ ਵੀ ਉਹ ਇਸੇ ਤਰੀਕੇ ਦੇ ਨਾਲ ਕੈਦ ਸੀ, ਪਰ ਲੋਕਾਂ ਨੂੰ ਕੱਲ੍ਹ ਤੋਂ ਜਦੋਂ ਸਮੈਲ ਆਉਣ ਲੱਗਦੀ ਹੈ ਉਦੋਂ ਉਹਨਾਂ ਦਾ ਪਤੀ ਵੀ ਗੌਰ ਕਰਦਾ, ਉਹ ਆਂਢ ਗੁਆਂਢ ਨੂੰ ਦੱਸਦਾ, ਅਤੇ ਉਹ ਆਂਢ ਗੁਆਂਢ ਫਿਰ ਆ ਕੇ ਪੁਲਿਸ ਪ੍ਰਸ਼ਾਸਨ ਨੂੰ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਸੱਦਦੇ ਹੈ, ਅਤੇ ਉਹਨਾਂ ਦੀ ਜਿਹੜੀ ਡੈੱਡ ਬੋਡੀ ਨੂੰ ਕੱਢਦੇ ਹੈ। ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ, ਬਹੁਤ ਬਹੁਤ ਧੰਨਵਾਦ।